स्पीड ब्रेकर ना होने के कारण एक भयानक सड़क हादसा वापरिया। कहा जा रहा है कि एक औरत कार चला रही थी तो अचानक ही कार सड़क के उत्ते पलट जाती है, जिस तो बाद कार कई पलटियां खाती हुई डिवाइडर तो पर जाके पलटती है। तो मामला अमृतसर तो सामने आया, जिथे कि एलीवेटिड रोड के उत्ते ब्रिज उपर एक औरत कार चालक की कार उस वेले पलट गई, जदों एलीवेटिड ब्रिज उपर एक मोड़ ते स्पीड ब्रेकर ना होने के चलद कार बेकाबू होकर डिवाइडर तो पलट गई और औरत की जान वाल वाल बची है। इस मौके जानकारी देंदे हुए चश्मदीद लोगों ने दसिया कि यह एलीवेटिड ब्रिज उपर ना तो कोई स्पीड ब्रेकर है और ना ही कोई स्पीड संबंधी बोर्ड लगे, जिसके कारण इतने आए दिन वड्डे वड्डे हादसे वापरते हैं। हालांकि तस्वीरों के भी साफ देखा जा सकता है कि कार किस तरीके दे नाल पलटी हुई है और लोगों का कहना है कि जेकर इत्थे स्पीड ब्रेकर होवे तां इत्थे हादसों की गिणती काफ़ी घटाई जा सकती है, पर इत्थे स्पीड ब्रेकर और स्पीड संबंधी कोई भी बोर्ड लगा ना होने के कारण इत्थे आए दिन भयानक सड़क हादसे वापरते हैं। तो दस दिए कि एक औरत जो कि कार चला के जा रही थी तो अचानक ही बेकाबू हो जाती है। कहा जा रहा है कि पहला एक बार डिवाइडर के उत्ते चढ़ती है तो फिर उतरती है, तो दोबारा जो चढ़ती है तो बुरे तरीके दे नाल पलटियां खा के सड़क के विचकार जाके मुद्दी हो जाती है। तो दस दिए कि जिस दे विच औरत सी उसनों हुण इलाज के लिए हस्पताल दे विच दाखिल करवाया गया, तो कहा जा रहा है कि इत्थे कोई ढुकमा प्रबंध स्पीड ब्रेकर या फिर स्पीड संबंधी कोई बोर्ड लगाया जाए। ਹਾਂਜੀ ਭਾਜੀ ਕੀ ਨਾਮ ਜੀ ਤੁਹਾਡਾ? ਭਾਜੀ ਮੇਰਾ ਨਾਮ ਬਲਕਾਰ ਸਿੰਘ ਹੈ ਜੀ, ਮੈਂ ਲੁਧਿਆਣੇ ਤੋਂ ਹਾਂ ਜੀ, ਗਿੱਲ ਪਿੰਡ ਤੋਂ। ਅੱਛਾ ਤੇ ਕੀ ਗੱਲ ਹੋਈ ਅੱਜ? ਗੱਲ ਇਹ ਹੋਈ ਇਹ ਫਲਾਈਓਵਰ ਦਾ ਜਿਹੜਾ ਟਰਨ ਆ ਬਹੁਤ ਖਤਰਨਾਕ ਆ, ਨਾ ਹੀ ਤਾਂ ਸਪੀਡ ਬ੍ਰੇਕਰ ਵਗੈਰਾ ਵਾ। ਅੱਛਾ ਜੀ, ਇਹ ਤੇ ਸਪੀਡ ਬ੍ਰੇਕਰ ਹੋਣੇ ਚਾਹੀਦੇ ਆ ਜੀ। ਗੱਡੀ ਜਦੋਂ ਟਰਨ ਲਈ ਉਹ ਲੇਡੀ ਸੀਗੀ ਜੀ, ਉਹ ਤੋਂ ਸੰਭਲੀ ਨਹੀਂ ਗੱਡੀ, ਕੰਟਰੋਲ ਨਹੀਂ ਹੋਈ, ਆਊਟ ਆਫ ਕੰਟਰੋਲ ਹੋ ਕੇ ਡਿਵਾਈਡਰ ਤੇ ਚੜੀ, ਨੀਚੇ ਉਤਰ ਗਈ, ਫਿਰ ਦੁਬਾਰਾ ਚੜੀ, ਗੱਡੀ ਪਲਟੀ। ਕਿੰਨੇ ਲੋਕ ਸੀ ਗੱਡੀ ਦੇ ਵਿੱਚ? ਗੱਡੀ 'ਚ ਇਕੱਲੀ ਉਹ ਲੇਡੀ ਸੀ ਸੀਗੀ ਜੀ। ਅੱਛਾ ਜੀ, ਬਚਾਅ ਹੋ ਗਿਆ ਜੀ? ਹਾਂਜੀ ਬਚਾਅ ਜੀ। ਤੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਜਿਹੜਾ? ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ, ਜ਼ਿਆਦਾ ਸਪੀਡ ਕੰਟਰੋਲਰ ਦਾ ਹੋਵੇ ਕੋਈ ਸਿਸਟਮ, ਨਹੀਂ ਸਪੀਡ ਬ੍ਰੇਕਰ ਜ਼ਰੂਰ ਲੱਗਣੇ ਚਾਹੀਦੇ ਆ ਜੀ। ਪਹਿਲੇ ਵੀ ਇੱਥੇ ਪੁਲਿਸ ਵੱਲੋਂ ਨਾਕਾ ਲਗਾਇਆ ਜਾਂਦਾ ਇਹ ਸਪੀਡ ਜਿਹੜੇ? ਉਹ ਵਧੀਆ ਸੀ, ਵਧੀਆ ਗੱਲ ਸੀ ਸਰ, ਕਿਉਂਕਿ ਮੇਨ ਫਲਾਈਓਵਰ ਆ ਅੰਮ੍ਰਿਤਸਰ ਦਾ ਹੀ ਇਹ, ਤੇ ਲੋਕਾਂ ਸੇਫਟੀ ਵਾਸਤੇ ਇਹ ਜਿਹੜਾ ਨਾਕਾ ਸਪੀਡ ਬ੍ਰੇਕਰ ਵਗੈਰਾ ਚਾਹੀਦੇ ਆ ਜੀ। ਹੁਣ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਇਹੀ ਆ, ਪ੍ਰਸ਼ਾਸਨ ਨੂੰ ਬੇਨਤੀ ਜੀ, ਆਪ ਪੁਲਿਸ ਦਾ ਸਪੀਡ ਦਾ ਕੰਟਰੋਲਰ ਦਾ ਲੱਗੇ ਜੀ ਇੱਥੇ, ਜਾਂ ਫਿਰ ਸਪੀਡ ਬ੍ਰੇਕਰ ਲੱਗਣ ਜੀ, ਕੋਈ ਸੇਫਟੀ ਤਾਂ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਕੰਨੀ। ਗੱਡੀ ਕਿਸ ਤਰ੍ਹਾਂ ਪਲਟੀ, ਕਿਦਾਂ ਪਤਾ ਲੱਗਾ? ਆ ਡਿਵਾਈਡਰ ਤੇ ਚੜੀ ਆਈ ਗੱਡੀ ਵਾਲੇ ਤੇ। ਅੱਛਾ ਜੀ, ਆ ਡਿਵਾਈਡਰ ਤੇ ਚੜੀ, ਨੀਚੇ ਉਤਰ ਗਈ ਉਸ ਪੁਆਇੰਟ ਤੋਂ 40-50 ਫੁੱਟ, ਜਦੋਂ ਦੁਬਾਰਾ ਚੜੀ ਸਰ ਉਹ ਤੋਂ ਕੰਟਰੋਲ ਨਹੀਂ ਹੋਈ, ਉੱਪਰ ਚੜ ਕੇ ਫਿਰ ਪਲਟੀ। ਕੱਲੀ ਲੇਡੀ ਸੀ? ਕੱਲੀ ਲੇਡੀ ਸੀ। ਤੇ ਬਚਾ ਲੇਡੀ ਦਾ? ਹਾਂ ਲੇਡੀਜ਼ ਦਾ ਬਚਾ ਜੀ, ਸਾਹ ਵੀ ਆਉਂਦਾ ਸੀ, ਫਿਰ ਵਿੰਡੋਆਂ ਵੀ ਸਾਰੀਆਂ ਖੁੱਲ ਗਈਆਂ, ਸਾਊਂਡ ਚੱਲਦਾ ਪਿਆ ਗੱਡੀ 'ਚ, ਬਾਹਰ ਕੱਢ ਕੇ ਪਾਣੀ ਵਗੈਰਾ ਵੀ ਪੀਤਾ ਉਹਨੇ। ਪੁਲਿਸ ਆਈ ਕਿ ਮੌਕੇ ਤੇ? ਨਹੀਂ, ਪੁਲਿਸ ਨੂੰ ਨਹੀਂ ਇਨਫੋਰਮੇਸ਼ਨ ਪਤਾ ਨਹੀਂ ਕਿ ਰਿਹਾ ਨਹੀਂ ਦਿੱਤੀ ਹੋਈ, ਕਿਉਂਕਿ ਜਿਹੜੀ ਉਹਦੀ ਐਮਰਜੈਂਸੀ ਕਾਲ 'ਚ ਉਹਦੇ ਬ੍ਰਦਰ ਪਾਪਾ ਦਾ ਨੰਬਰ ਸੀਗਾ, ਸੀ ਬ੍ਰਦਰ ਪਾਪਾ ਨੂੰ ਕਾਲ ਕੀਤੀ ਉਹਦੇ, ਫਿਰ ਆ ਕੇ ਬ੍ਰਦਰ ਲੈ ਕੇ ਗਏ ਜੀ।